ਬਾਬੇ ਉਹ ਭਾਣਾ ਭੈਣ ਦਾ ਯਾਰ ਮੈਨੂੰ ਦਿੱਲੀ ਛੱਡਿਆ ਆਇਆ ਬਾਬੇ ਤਾਂ ਵੀਰੇ ਗੁਰਵਿੰਦਰ ਗਿੱਲ ਵਰਗੇ ਯਾਰ ਸੀ ਮੈਨੂੰ ਸਾਈਕਲ ਤੇ ਜਾ ਕੇ ਮਸਾਂ ਲੈ ਕੇ ਬਾਬੇ ਤਿੰਨ ਵਾਰੀ ਸਾਈਕਲ ਦੀ ਚੈਨ ਲਈ ਭੈਣ ਚੋਂ ਤੇ ਦੋ ਵਾਰੀ ਪੈਡਲ ਨਿਕਲੇ ਦੋ ਵਾਰੀ ਪੈਂਚਰ ਆ ਫਿਰ ਵੀ ਲੈ ਕੇ ਆ ਜਾ ਗਰਮੀ ਵਾਲੀ ਆ ਜਾਣਾ ਓਏ ਹੋਰ ਯਾਰ ਦੇਖੋ ਜੱਟ ਦੀ ਜੀਰੀ ਦਾ ਫਕਾਰਾ ਦੇਖ ਉਹ ਤਾਂ ਪੂਰੀ ਵੱਧ ਗਈ ਉਹ ਸਾਡੇ ਲਈ ਐਡਿਟ ਕਰੀ ਸਿਰਾ ਬਾਈ ਤੇਰੇ ਵਾਲੀ ਜੀਰੀ ਤਾਂ ਨਜ਼ਰ ਲਾ ਦੀ ਥੁੱਕਦੇ ਯਾਰ ਭੈਣ ਚੋਂ ਸਾਰੀ ਜੀਰੀ ਮੁਕਾਏਗਾ ਕਹੋ ਤੇਰੇ ਕੇ ਬੰਟ ਵਾਲੇ 100 ਰੁਪਏ ਦੇ ਫਿਰ ਤੁੱਕੂ 100 ਰੁਪਏ ਦੀ ਗੱਲ ਥੁੱਕਦੇ ਯਾਰ ਸਾਰੀ ਜੀਰੀ ਮੁਕਾਏਗਾ ਨਾ ਨਾ ਚਲ ਐ ਕਰ 70 ਰੁਪਏ ਦੇ ਦੇ ਚੱਲ ਲੈ ਲਈ ਕਰਿਆ ਕੇ ਲੈ ਲਈ ਥੁੱਕਦੇ ਆ ਚੱਕ ਚੱਕ ਫਿਰ ਟੂਰਨਾਮੈਂਟ ਕਰਾਏ ਸੀ ਬਾਲੇ ਵਾਰੀ ਆ ਕੇ ਵੀ ਗਏ ਸੀ ਅਸੀਂ ਉੱਥੇ ਆ ਰਹੇ ਹਾਂ ਬਾਬੇ ਅੱਜ ਲਾਸਟ ਦਿਨ ਹੈ ਬਸ ਦੇ ਘੰਟੇ 'ਚ ਪਹੁੰਚ ਗਏ ਮੇਰਾ ਅਖਾੜਾ ਉੱਥੇ ਬਾਬੇ ਸਾਰੇ ਨੇ ਸਾਡੇ ਯਾਰ ਦਾ ਅਖਾੜਾ ਹੈ ਗੁਰਵਿੰਦਰ ਗਿੱਲ ਦਾ ਬਸ ਅੱਧੇ ਘੰਟੇ 'ਚ ਆ ਗਏ ਬਾਬੇ ਸਾਹੋ ਕੇ ਆ ਜੇ 2 ਘੰਟੇ ਉੱਥੇ ਅਸੀਂ 7 ਵਜੇ ਦਾ ਸਾਹੋ ਕੇ ਜਿਹੜੇ ਟੱਡਰੀਆਂ ਕੋਲੇ ਨੇ ਮੈਂ ਕਿਹੜਾ ਇਹਨਾਂ ਨੂੰ ਸਮਾਨਤ ਕਰਨਾ ਹੈ ਮੈਂ ਕਿਹੜਾ ਇਹਨਾਂ ਨੂੰ ਸਮਾਨਤ ਕਰਨਾ ਸਾਰੇ ਨਾ ਭੈਣ ਸਾਡਾ ਵੀਰ ਪ੍ਰੋਡਿਊਸਰ BXX ਜੋ ਪਹੁੰਚੇ ਹੈਗੇ ਪੋਰਟਲ ਤੋਂ ਅਸੀਂ ਸਾਡੇ ਵੀਰ ਦਾ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਕਾਲੇ ਮੁੰਡੇ ਦੀ ਟੀਮ ਜਿਹੜੀ ਜੇਤੂ ਕਰੋ ਜੀ ਕਾਲਾ ਮੁੰਡਾ ਕੁੰਦਰੀਆਂ ਤੇ ਦਿਆਲਗੜ ਦੀ ਟੀਮ ਆ ਜਾਣ ਕੁੰਦਰੀਆਂ ਤੇ ਦਿਆਲਗੜ ਬੱਤੀਆਂ ਦੇਖੀਆਂ ਨੇ ਕਨਵਰ ਗਰੇਵਾਲ ਨੇ ਬੜੇ ਵਧੀਆ ਜਿਹੜੇ ਲੋਕ ਗਾਇਕ ਨੇ ਸਾਡੇ ਪੰਜਾਬ ਦੇ ਸੂਫੀ ਲੋਕ ਗਾਇਕ ਉਹਨਾਂ ਨੇ ਬੜੇ ਨਕਾ ਗੀਤ ਗਾਏ ਨੇ ਧਰਮੇ ਹਰੇ ਉਹਦੇ ਲੈ ਕੇ ਹੋਏ ਖਿਡਾਰੀਓ ਦੇਖੋ ਤੇ ਰਾਤ ਨੂੰ ਆਪਾਂ ਕਿਤੇ ਦਰਸ਼ਕ ਰਹਿੰਦੇ ਨੀ ਫਿਰ ਇਕੱਲੇ ਅਸੀਂ ਬੋਲੀ ਜਾਂਦੇ ਹਾਂ ਫਿਰ ਤੁਸੀਂ ਨੀ ਆਉਂਦੇ ਹੈਲੋ ਨਾ ਪਹਿਲਾਂ ਜੀ ਗੰਡੂਆ ਵੀ ਆ ਗਿਆ ਠੀਕ ਹੈ ਜੀ ਦੋ ਟੀਮਾਂ ਤੇ ਆਉਂਦੇ ਇੱਕ ਵਾਰ ਨਾਲ ਹੋਣਾ ਲਓ ਪਹਿਲੀ ਪੰਨੀ ਪਿੰਡੀ ਦੀ ਹੈ ਐਸ ਵੇਲੇ ਭਾਵ ਦੇ ਭਾਵ ਦੀ ਨੀਂਦ ਵੱਲੋਂ ਪਿੰਡੀ ਦੀ ਪੰਨੀ ਪੰਨੀ ਤੇ ਬਾਬਿਓ ਇੱਥੇ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਹੈ ਇਹ ਬਿਜਲੀ ਵਾਲੇ ਜਿਹੜੇ ਬੱਲਬ ਲੱਗੇ ਹੁੰਦੇ ਨੇ ਉਹਨੂੰ ਚਿੱਟੀ ਲਾਈਟ ਹੁੰਦੀ ਹੈ ਜਿਹੜੀ ਆਪਣਾ ਕੋਲੇ ਤੋਂ ਬਣੀ ਹੁੰਦੀ ਹੈ ਉਹਦੀ ਲਾਲ ਬਿਜਲੀ ਹੁੰਦੀ ਹੈ ਓਏ ਛਾਲ ਮਾਰ ਤੇ ਸੀਨ ਵਾਲਾ ਘੱਟ ਮੈਨੂੰ ਸਲੋ ਮੋਸ਼ਨ ਵਾਲਾ ਕਾਕਾ ਕਰੰਟ ਲੱਗ ਜੇ ਜਿਹੜੀ ਅਸੀਂ ਵੀਡੀਓ ਅਪਲੋਡ ਕਰੀ ਸੀ ਉਹਦੇ ਵਿੱਚ ਕਈ ਯਾਰ ਵੀਲੇ ਦੇ ਕਮੈਂਟ ਆਏ ਉਹ ਕਹਿੰਦੇ ਕਿ ਬਾਬੇ ਸਾਡੀ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਆਵਾਜ਼ ਨਹੀਂ ਸੁਣਦੀ ਬਾਬੇ ਕੁਝ ਫੋਨਾਂ 'ਚ ਆਵਾਜ਼ ਨਹੀਂ ਆਉਂਦੀ ਹੁੰਦੀ ਕਈ ਕਹਿੰਦੇ ਕੁਆਲਿਟੀ ਨਹੀਂ ਹੈਗੀ ਇੱਦਾਂ ਇੱਦਾਂ ਸੋ ਬਾਬੇ ਹਜੇ ਅਸੀਂ ਵੀਡੀਓ ਫੋਨ ਨਾਲ ਹੀ ਬਣਾਉਣੇ ਹੁੰਦੇ ਹਾਂ ਸੋ ਮੂਹਰੇ ਝੋਨਾ ਝੁਨਾ ਵੱਢ ਕੇ 2-2.5 ਮਹੀਨੇ ਰਹਿ ਗਏ ਫਿਰ ਬਾਪੂ ਨੇ ਦੇ ਦਿੱਤੇ ਪੈਸੇ ਬਾਬਾ ਕਹਿੰਦਾ ਝੋਨਾ ਵੱਢ ਕੇ ਲੈ ਹੀ ਕਰਾਂ ਆਪਾਂ ਵਧੀਆ ਕੈਮਰੇ ਅਤੇ ਡੀਟਿੰਗ ਵਾਲਾ ਸਿਸਟਮ ਲੈ ਕੇ ਉਹਨਾਂ 2-2.5 ਲੱਖ ਰੁਪਏ ਦਾ ਪ੍ਰੋਜੈਕਟ ਹੋਊਗਾ ਅਤੇ ਉਹ ਕਰਕੇ ਆਪਾਂ 2019 ਦੇ ਵਿੱਚ ਮਾਡਲਾਂ ਲੈਣੇ ਨੇ ਵੀਡੀਓ ਦੇ ਵਿੱਚ ਕੁਝ ਵੀਡੀਓ ਸਾਡੀਆਂ ਪੈਂਡਿੰਗ ਰੱਖ ਰੱਖੀਆਂ ਨੇ ਅਸੀਂ ਬਣਾਉਣੀਆਂ ਸੀ ਉਹ ਵੀਡੀਓ ਇੱਦਾਂ ਦੀਆਂ ਨੇ ਕਿ ਮੁੰਡੇ ਦੇ ਵੀ ਸੂਟ ਪਾ ਕੇ ਨਹੀਂ ਬਣਾ ਸਕਦੇ ਉਹਦੇ ਵਿੱਚ ਕੁੜੀ ਓਰਿਜਨਲ ਚਾਹੀਦੀ ਤਾਂ ਫੇਸ ਦਿਖਣਾ ਚਾਹੀਦਾ ਉਹਦੀ ਆਵਾਜ਼ ਹੋਣੀ ਚਾਹੀਦੀ ਹੈ ਉਹ 2019 'ਚ ਸਟਾਰਟ ਕਰ ਦੇਣਾ ਆਪਣੇ ਕੰਮ ਵਧੀਆ ਹਾਈ ਲੈਵਲ 'ਤੇ ਅਤੇ ਹੁਣ ਕੰਮ ਆਪਣਾ ਪਿੱਛੇ ਨਹੀਂ ਹਟਣਾ ਠੀਕ ਹੈ ਬਾਬਿਓ ਹੈਲੋ ਹੁਣ ਹਾਈ ਭੈਣ ਚੋ ਦੇਵੇਂ ਨੇ ਬੋਲਬਾਲ ਲਾਇਆ ਤੇਰੀ ਭੈਣ ਦੇ ਡਾਗ ਤੇਰੀ ਕੁੱਤੇ ਦੀ ਕੋਈ ਬੋਲ ਲਾ ਜਾਣੇ ਸਾਰੀ ਸਟੋਰੀ ਦੀ ਭੈਣ ਕੱਢਤੀ ਵਿੱਚ ਤੂੰ ਬਾਅਦ ਚੱਕ ਲੈਂਦਾ ਫੋਨ ਮੈਂ ਸਾਰੀ ਗੱਲ ਪੜਾਤੀ ਪਤਾ ਨਹੀਂ ਕਾਹਦੀ ਗੱਲ ਕਰਦਾ ਸੀ ਕਾਹਦੀ ਗੱਲ ਕਰਦਾ ਸੀ ਆਪਾਂ ਕੈਮਰੇ ਨਾਲ ਗੱਲ ਕਰੀ ਹਾਂ ਤੇ ਬਾਪੂ ਅਸੀਂ ਮਾਡਲਾਂ ਲੈ ਕਰਾਂਗੇ ਦਿੱਲੀ ਤੋਂ ਦਿੱਲੀ ਦੀਆਂ ਕੁੜੀਆਂ ਲੈਣੀਆਂ ਨੇ ਮਾਡਲਾਂ ਪੰਜਾਬ ਦੀ ਕੋਈ ਕੁੜੀ ਨਹੀਂ ਲੈਣੀ ਦਿੱਲੀ ਜੀਪੀ ਰੋਡ ਤੇ ਲੈ ਕਰਾਂਗੇ ਨਹੀਂ ਵਧੀਆ ਵਧੀਆ ਕੁੜੀ ਕਿਉਂਕਿ ਪੰਜਾਬ ਦੀ ਜਿਹੜੀ ਕੁੜੀ ਸਾਡੀ ਵੀਡੀਓ 'ਚ ਆ ਗਈ ਉਹਨੂੰ ਘਰੇ ਨਾ ਤਾਂ ਉਹਦਾ ਰਿਸ਼ਤਾ ਹੋਵੇ ਨਾ ਹੀ ਉਹ ਕੁੜੀ ਨੂੰ ਘਰੋਂ ਕਰ ਦੇਣਗੇ ਬਾਹਰ ਜਿਹੜੀ ਕੁੜੀ ਸਾਡੀ ਇੱਕ ਵੀਡੀਓ 'ਚ ਆ ਗਈ ਮੁੜ ਕੇ ਉਹ ਕੁੜੀ ਨੇ ਵੀਡੀਓ 'ਚ ਨਹੀਂ ਆਉਣਾ ਦਿੱਲੀ ਤੋਂ ਲੈ ਕਰਾਂਗੇ 10,000 ਲੱਗ ਜੇ 20,000 ਲੱਗ ਜੇ ਇੱਕ ਵੀਡੀਓ 'ਚ ਇੱਕ ਕੁੜੀ ਦਾ ਰੋਲ ਆਇਆ ਕਰਾਂਗੇ ਜਿੰਨਾ ਮਰਜ਼ੀ ਲੱਗ ਜਾਣ 2019 ਦੇ ਵਿੱਚ ਬਾਬੇ ਕੁੜੀਆਂ ਵੀ ਲੈ ਕੇ ਆਇਆ ਕਰਾਂਗੇ ਹਾਈ ਲੈਵਲ 'ਤੇ ਬਣਾਵਾਂਗੇ ਵੀਡੀਓ ਅਤੇ ਸਾਡਾ ਯਾਰ ਹੁਣ ਫਿਲਮ ਵਾਲੀ ਐਡੀਟਿੰਗ ਸਿੱਖ ਰਿਹਾ ਥੋੜ੍ਹੀ ਜਿਹੀ ਹਾਈ ਲੈਵਲ ਦੀ ਵੀਡੀਓ ਐਡਿਟ ਕਰਿਆ ਕਰੂ ਯਾਰ ਬੱਗੀ ਡਾਊਨ
ਨਾਲ ਹੀ ਸਾਰਾ ਸਿਸਟਮ ਜਿਹੜਾ ਸਾਡਾ ਚਲਾ ਰਿਹਾ ਨਾਲ ਬੱਕੀ ਡੌਨ ਨੇ ਕੰਪਿਊਟਰ ਇੰਜੀਨੀਅਰ ਸਾਡੇ ਵੱਡੇ ਹਾਥੀ ਜਿੱਡਾ ਐਨ ਕਹਿੰਦੇ ਦੂਜਿਆਂ ਲਵਾਵਾਂਗੇ ਆਪਾਂ ਜੀ ਕੌਣ ਬੋਲਦੇ ਹੋ ਅੱਛਾ ਬੀਬਾ ਅਸੀਂ ਪੰਜਾਬ ਦੀ ਕੁੜੀ ਨਹੀਂ ਕੋਈ ਲੈਣੀ ਵੀਡੀਓ ਦੇ ਵਿੱਚ ਪਹਿਲਾਂ ਆਪਦੇ ਘਰਦਿਆਂ ਤੋਂ ਸਰਟੀਫਿਕੇਟ 'ਤੇ ਸਾਈਨ ਕਰਵਾ ਕੇ ਲਿਆ ਵੀ ਮੈਨੂੰ ਬਾਅਦ 'ਚ ਕੋਈ ਖਿਲਾਫ਼ ਸਾਡੀ ਕਾਰਵਾਈ ਨਾ ਹੋਊਗੀ ਕਿਉਂਕਿ ਵੀਡੀਓ ਸਾਡੀ ਇੱਦਾਂ ਦੀ ਬਣਨੀ ਹੈ ਬੀਬਾ ਹਾਂ ਹਾਂ ਆਪਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਵੀ ਅਸੀਂ ਪ੍ਰੋਡਿਊਸਰ ਡੀ ਆਈ ਸੀ ਦੀ ਵੀਡੀਓ 'ਚ ਆਉਣਾ ਫਿਰ ਅੱਜ ਕਿਤੇ ਕੱਲ੍ਹ ਨੂੰ ਫਿਰ ਤੁਹਾਡੇ ਰਿਸ਼ਤੇਦਾਰ ਟੰਬੇ ਚੱਕੀ ਫਿਰਨਗੇ ਸਾਡੀ ਕੁੜੀ ਨਾਲ ਇੱਦਾਂ ਦੀ ਵੀਡੀਓ 'ਚ ਆ ਗਈ ਅਸੀਂ ਸੁਭੋਗ ਵੀ ਅਸੀਂ ਪਹਿਲਾਂ ਹੀ ਅਸੀਂ ਕਿਹਾ ਕਿ ਪੰਜਾਬ ਦੀ ਕੁੜੀ ਅਸੀਂ ਲੈਣੀ ਤਾਂ ਕਰਕੇ ਦਿੱਲੀ ਤੋਂ ਲੈ ਰਹੇ ਹਾਂ ਬੀਬਾ ਹਾਂ ਹਾਂ ਇਸੇ ਦਿਨ ਵੀਡੀਓ 'ਚ ਪੱਕਾ ਲੈਂਦੇ ਚੱਲ ਕੋਈ ਵਧੀਆ ਵੀਡੀਓ ਹੋਈ ਪ੍ਰੋਫੈਸਰ ਦੇ ਵੱਲੋਂ ਜਿਹੜੀ ਫੈਮਿਲੀ 'ਚ ਬੈਠ ਕੇ ਦੇਖਣ ਵਾਲੀ ਹੋਈ ਉਹਦੇ ਵਿੱਚ ਤੈਨੂੰ ਰੋਲ ਪੱਕਾ ਦੇ ਦੇਵਾਂਗੇ ਪੰਜਾਬ ਦੀ ਵੀਡੀਓ ਠੀਕ ਹੈ ਨਹੀਂ ਅਸੀਂ ਦਿੱਲੀ ਦਾ ਮਾਲੀ ਚਲਾਉਣਾ ਠੀਕ ਹੈ ਨਹੀਂ ਕਰਦਾ ਮੈਂ ਪੱਪੀਆਂ ਜੱਫੀਆਂ ਕਹਿ ਠੀਕ ਹੈ ਕਿਸ ਕੁਸ ਵਾਲੀ ਗੱਲ ਨਹੀਂ ਕਰਦਾ ਮੈਂ ਸਿਰਫ ਪੱਪੀ ਜੱਫੀ ਪੱਪੀਆਂ ਜੱਫੀਆਂ ਪਾਲੇ ਹਮ ਆਂਖੋਂ ਕੇ ਪੇਚ ਲੜਾ ਲੇ ਹਮ ਪੱਪੀਆਂ ਜੱਫੀਆਂ ਪਾਲੇ ਹਮ ਆਂਖੋਂ ਕਿਸ ਕਰਤੀ ਫੇਰ ਲਿਪ